ਦੁਨੀਆ ਦੇ ਦੂਜੇ ਪੰਜਾਬ ਤੇ ਕਰਪਸ਼ਨ ਦੀ ਕੈਪੀਟਲ ਬ੍ਰੈਂਪਟਨ ਚ ਤੁਹਾਡਾ ਸਵਾਗਤ ਆ। ਬ੍ਰੈਂਪਟਨ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਕੰਮ ਹੁੰਦਾ ਰਹਿੰਦਾ ਤੇ ਇੱਕ ਕੰਮ ਬਹੁਤ ਜ਼ਿਆਦਾ ਇੰਟਰਨੈਸ਼ਨਲ ਸਟੂਡੈਂਟਸ ਨਾਲ ਹੁੰਦਾ ਔਰ ਖਾਸ ਕਰਕੇ ਇਹਦੇ ਸ਼ਿਕਾਰ ਉਹ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੂੰ ਪੜ੍ਹਾਈ ਤੋਂ ਬਹੁਤ ਜ਼ਿਆਦਾ ਐਲਰਜੀ ਹੁੰਦੀ ਆ। ਉਹਨਾਂ ਨੂੰ ਕੋਈ ਨਾ ਕੋਈ ਬੰਦਾ ਮਿਲ ਜਾਂਦਾ ਜਿਹੜਾ ਕਹਿੰਦਾ ਵੀ ਤੈਨੂੰ ਵਰਕ ਪਰਮਿਟ ਮੈਂ ਦਵਾ ਦਿਆਂਗਾ, ਕੋਈ ਗੱਲ ਨਹੀਂ, ਤੈਨੂੰ ਪੜ੍ਹਨ ਦੀ ਲੋੜ ਨਹੀਂ ਹੈਗੀ। ਔਰ ਇਹ ਵੀ ਕੋਈ ਹੋਰ ਕੰਮ ਨਹੀਂ ਕਰਦਾ, ਬਹੁਤ ਸਾਰੇ ਰੈਗੂਲੇਟਡ ਇਮੀਗ੍ਰੇਸ਼ਨ ਕੰਸਲਟੈਂਟ ਵੀ ਇਹ ਕੰਮ ਕਰਦੇ ਨੇ। ਔਰ ਇਹਦੇ ਵਿੱਚ ਹੋ ਕੀ ਰਿਹਾ ਕਿ ਬਹੁਤ ਸਾਰੇ ਲੋਕਾਂ ਨੂੰ, ਸਟੂਡੈਂਟਸ ਨੂੰ ਭਰਮਾ ਲਿਆ ਜਾਂਦਾ ਵੀ ਤੂੰ ਮੈਨੂੰ 15-16 ਹਜ਼ਾਰ ਡਾਲਰ ਦੇ ਦੇ ਅਤੇ ਤੈਨੂੰ ਕਾਲਜ ਜਾਣ ਦੀ ਲੋੜ ਨਹੀਂ ਕਿ ਤੈਨੂੰ ਤੇਰਾ ਵਰਕ ਪਰਮਿਟ ਮਿਲ ਜਾਵੇਗਾ। ਔਰ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਇਸ ਗੱਲ ਵਿੱਚ ਫਸ ਜਾਂਦੇ ਨੇ ਵੀ ਉਹਨਾਂ ਨੂੰ ਇੰਝ ਲੱਗਦਾ ਵੀ ਪਤਾ ਨਹੀਂ ਵੀ ਇਹਦੀ ਅੰਦਰ ਏਜੰਟ ਦੀ ਕਿੰਨੀ ਗੱਲਬਾਤ ਆ। ਔਰ ਉਹ ਜਿਹੜਾ ਏਜੰਟ ਹੁੰਦਾ ਨਾ, ਕੋਈ ਵੀ ਡਾਕੂਮੈਂਟ ਵੀ ਸਟੂਡੈਂਟ ਨੂੰ ਪ੍ਰੋਵਾਈਡ ਨਹੀਂ ਕਰਦਾ। ਔਰ ਇਹ ਗੱਲ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਵਾਂ ਕਿ ਜਿਹੜੇ ਬਚ ਸਕਦੇ ਨੇ ਉਹ ਬਚ ਲਓ, ਜਿਹੜੇ ਇਸ ਵੇਲੇ ਆਪਦਾ ਕਰੀਅਰ ਖਰਾਬ ਕਰ ਚੁੱਕੇ ਨੇ ਨਾ, ਉਹ ਅੱਜ ਡਿਪੋਰਟ ਹੋ ਜਾਣ, 4 ਸਾਲ ਠਹਿਰ ਕੇ ਹੋ ਜਾਣ, ਉਹਨਾਂ ਨੇ ਜਾਣਾ। ਕਿਉਂਕਿ ਅੱਜ ਕੱਲ੍ਹ ਬਹੁਤੇ ਜਿਹੜੇ ਲੋਕ ਨੇ ਨਾ, ਇਹਨਾਂ ਦੀਆਂ ਨਿੱਕੀਆਂ ਨਿੱਕੀਆਂ ਦੁਸ਼ਮਣੀਆਂ ਵੀ ਬਹੁਤ ਹੁੰਦੀਆਂ ਨੇ ਅਤੇ ਇਹਨਾਂ ਦੇ ਭੇਦ ਵੀ ਬਹੁਤ ਸਾਰਿਆਂ ਕੋਲ ਹੁੰਦੇ ਨੇ, ਕਿਉਂਕਿ ਮਾਦਾ ਜਿਹੜਾ ਹੁੰਦਾ ਨਾ, ਪਾਚਨ ਸ਼ਕਤੀ ਬਹੁਤ ਘੱਟ ਹੁੰਦੀ ਆ। ਇਹ ਆਪਣੇ ਭੇਦ ਆਪ ਹੀ ਲੋਕਾਂ ਨੂੰ ਦੱਸ ਦਿੰਦੇ ਆ ਅਤੇ ਕੋਈ ਨਾ ਕੋਈ ਫਸਾਉਣ ਵਾਲਾ ਕਿਸੇ ਨਾ ਕਿਸੇ ਮੌਕੇ 'ਤੇ ਫਸਾ ਦਿੰਦਾ। ਅਤੇ ਬਾਕੀ ਰਹੀ ਗੱਲ ਕੈਨੇਡਾ ਇਮੀਗ੍ਰੇਸ਼ਨ ਦੀ, ਕੈਨੇਡਾ ਇਮੀਗ੍ਰੇਸ਼ਨ ਦੇ ਵਿੱਚ ਬੰਦੇ ਫੜੇ ਜਾਂਦੇ ਨੇ। ਹਾਂ, ਇਹ 'ਚ ਕਮੀਆਂ ਜ਼ਰੂਰ ਨੇ, ਇਹ 'ਚ ਕੋਈ ਸ਼ੱਕ ਨਹੀਂ ਵੀ ਇਸ ਵੇਲੇ ਬਹੁਤ ਹੀ ਜ਼ਿਆਦਾ ਬੈਕਗਰਾਊਂਡ ਚੈੱਕਸ ਨਹੀਂ ਹੁੰਦੇ ਅਤੇ ਲੋਕਾਂ ਨੂੰ ਵਰਕ ਪਰਮਿਟ ਮਿਲ ਜਾਂਦੇ ਨੇ, ਪਰ ਇਹਦੇ ਵਿੱਚ ਵੀ ਕੋਈ ਦੂਜੀ ਰਾਏ ਨਹੀਂ ਹੈਗੀ ਵੀ ਮੈਂ ਬਹੁਤ ਸਾਰੇ ਲੋਕ ਜਿਹੜੇ ਨੇ ਫਸਦੇ ਵੇਖੇ ਨੇ, ਜਿਨ੍ਹਾਂ ਨੂੰ 10 ਸਾਲ ਲਈ, 15 ਸਾਲ ਲਈ ਲੈਟਰ ਆ ਜਾਂਦੀਆਂ ਭਾਈ ਵੀ ਤੁਸੀਂ ਜਦੋਂ ਪੱਕੇ ਹੋਏ ਸੀ ਨਾ, ਤੁਸੀਂ ਉਦੋਂ ਆਹ ਗਲਤ ਪੇਪਰ ਲਾਏ ਸੀ ਅਤੇ ਉਹ ਹੁਣ ਤੁਹਾਨੂੰ ਅਸੀਂ ਦੱਸੋ ਵੀ ਤੁਹਾਡੀ PR ਕੈਂਸਲ ਕਰਕੇ ਤੁਹਾਨੂੰ ਡਿਪੋਰਟ ਕਿਉਂ ਨਾ ਕਰੀਏ, ਇਹੋ ਜਿਹੇ ਸਵਾਲ ਪੁੱਛੇ ਜਾਂਦੇ ਹੁੰਦੇ ਨੇ। ਹੁਣ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੇਰੀ ਅਪੀਲ ਆ ਵੀ ਇਹੋ ਜਿਹੇ ਲੋਕਾਂ ਤੋਂ ਕੋਲੋਂ ਬਚਿਆ ਕਰੋ ਜਿਹੜਾ ਤੁਹਾਨੂੰ ਇਹ ਸਲਾਹ ਦਿੰਦਾ ਹੁੰਦਾ ਨਾ ਵੀ ਤੈਨੂੰ ਕਾਲਜਾਂ ਦੀ ਲੋੜ ਨਹੀਂ, ਇਹ ਸਮਝ ਲਓ ਵੀ ਉਹਦੇ ਤੁਸੀਂ ਪਰਛਾਵੇਂ 'ਚ ਵੀ ਨਹੀਂ ਆਉਣਾ, ਕਿਉਂਕਿ ਉਹ ਬੰਦਾ ਤੁਹਾਡਾ ਕਰੀਅਰ ਖਰਾਬ ਕਰ ਰਿਹਾ। ਅਤੇ ਮੇਰੇ ਮੁਤਾਬਕ ਕਿਸੇ ਦੇ ਧੀ ਪੁੱਤ ਨੂੰ ਨਸ਼ੇ 'ਤੇ ਲਾਉਣਾ ਅਤੇ ਜਾਂ ਮਾੜੀ ਸਲਾਹ ਦੇ ਕੇ ਉਹਦਾ ਕਰੀਅਰ ਖਰਾਬ ਕਰ ਦੇਣਾ, ਇਹ ਗੁਨਾਹ ਬਖਸ਼ਣ ਯੋਗ ਨਹੀਂ ਹੈਗੇ, ਬਹੁਤ ਵੱਡੇ ਗੁਨਾਹ ਨੇ। ਕਿਉਂਕਿ ਅਸੀਂ ਵੀ ਇਸੇ ਸਮਾਜ ਵਿੱਚ ਰਹਿੰਦੇ ਹਾਂ, ਸਾਡੇ ਵੀ ਕੱਲ੍ਹ ਨੂੰ ਧੀਆਂ ਪੁੱਤਰ ਨੇ ਅਤੇ ਅਸੀਂ ਕਿਹੋ ਜਿਹਾ ਸਮਾਜ ਅੱਗੇ ਬਣਾ ਰਹੇ ਹਾਂ, ਮੈਨੂੰ ਇਸ ਚੀਜ਼ ਦੀ ਚਿੰਤਾ ਜ਼ਰੂਰ ਰਹਿੰਦੀ ਹੁੰਦੀ ਆ। ਔਰ ਮੈਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆ, ਪੰਪ ਦੇ ਵਿੱਚ ਆ ਕੇ ਨਾ, ਆਪਾਂ ਅਕਸਰ ਕਹਿ ਦਿੰਦੇ ਹਾਂ ਵੀ ਕੋਈ ਗੱਲ ਨਹੀਂ, ਆਪਾਂ ਟਰਾਂਸਕ੍ਰਿਪਟਾਂ ਬਣਾ ਕੇ ਲਾਤੀਆਂ, ਆਪਾਂ ਐਡਿਟ ਕਰਕੇ ਪੇ ਸਲਿੱਪਾਂ ਲਾਤੀਆਂ। ਕਿਉਂਕਿ ਪਿੱਛੇ ਵੀ ਇੱਕ ਮੁੰਡਾ ਮੈਨੂੰ ਇੱਦਾਂ ਹੀ ਮਿਲਿਆ, ਕਹਿੰਦਾ ਭਾਅ ਜੀ ਕੋਈ ਨਹੀਂ, ਆਪਾਂ ਪੇ ਸਲਿੱਪਾਂ ਐਡਿਟ ਕਰਕੇ ਲਾ ਦਿਆਂਗੇ, ਉਹ ਕਰ ਦਿਆਂਗੇ, ਉਹ ਕਰ ਦਿਆਂਗੇ। ਹੈਰਾਨਗੀ ਆਉਂਦੀ ਆ ਵੀ ਉਹਨਾਂ ਨੂੰ ਸਮਝਾਉਣ ਦੇ ਬਾਵਜੂਦ ਵੀ ਅਕਲ ਨਹੀਂ ਉਹਨਾਂ ਦੇ ਨੇੜੇ ਲੰਘਦੀ ਹੈਗੀ ਵੀ ਇਹ ਕੰਮ ਨਹੀਂ ਕਰਨੇ ਚਾਹੀਦੇ, ਪਰ ਦਲੇਰੀ, ਉਹ ਕਹਿੰਦੇ ਜੀ ਫਲਾਣਾ ਹੀ ਤਾਂ ਪੱਕਾ ਹੋ ਗਿਆ, ਸਾਨੂੰ ਕੀ ਗੱਲ, ਅਸੀਂ ਵੀ ਇੱਦਾਂ ਹੋ ਜਾਵਾਂਗੇ। ਹੋ ਜਾਓ ਭਾਈ, ਤੁਹਾਨੂੰ ਕੌਣ ਕਹਿੰਦਾ ਨਾ ਪੱਕੇ ਹੋਵੋ, ਪਰ ਅਗਲੇ ਜਿਹੜੇ ਬੈਠੇ ਆ ਨਾ, ਉਹਨਾਂ ਨੂੰ ਵੀ ਟ੍ਰੇਨਿੰਗ ਨਾਲ ਨਾਲ ਪੂਰੀ ਮਿਲਦੀ ਪਈ ਆ ਵੀ ਆਪਾਂ ਰੈਂਡਮਲੀ ਫਾਈਲਾਂ ਜਿਹੜੀਆਂ ਨੇ ਆਡਿਟ ਕਰਨੀਆਂ ਨੇ। ਜਿੱਦਾਂ ਕਿ ਬਹੁਤ ਸਾਰੇ ਲੋਕਾਂ ਦੇ ਵਿਜ਼ਿਟਰ ਵੀਜ਼ੇ ਗ੍ਰਾਂਟ ਹੋ ਜਾਂਦੇ ਨੇ, ਉਹ ਇੱਕ ਦੋ ਵਾਰੀ ਚੱਕਰ ਵੀ ਲਾ ਲੈਂਦੇ ਨੇ, ਬਾਅਦ ਵਿੱਚ ਉਹਨਾਂ ਨੂੰ ਪਤਾ ਲੱਗਦਾ ਜੀ ਸਾਡਾ ਤਾਂ ਵੀਜ਼ਾ ਡੀਐਕਟੀਵੇਟ ਹੋ ਗਿਆ, ਕਿਉਂਕਿ ਉਹ ਕਹਿੰਦੇ ਜੀ ਸਾਨੂੰ ਐਡਵਰਸ ਇਨਫੋਰਮੇਸ਼ਨ ਤੁਹਾਡੀ ਫਾਈਲ ਉੱਤੇ ਮਿਲ ਗਈ। ਸਿਮੀਲਰਲੀ ਤੁਸੀਂ ਅੱਜ PR ਹੋ ਗਏ ਹੋ, ਜਾਅਲੀ ਡਾਕੂਮੈਂਟ ਲਾਇਆ, ਕੋਈ ਗੱਲ ਨਹੀਂ, ਹੋ ਜਾਓ PR, ਕਿਤੇ ਨਾ ਕਿਤੇ ਆਪਾਂ ਟ੍ਰੈਪ 'ਚ ਆ ਜਾਣਾ। ਮੈਂ ਪਹਿਲੀ ਗੱਲ ਕਰ ਰਿਹਾ ਸੀ ਜਿਹੜੀ ਉਹ ਟਰਾਂਸਕ੍ਰਿਪਟਾਂ ਦੀ ਗੱਲ ਕਰ ਰਹੇ ਸੀਗੇ, ਉਹਦੇ ਵਿੱਚ ਹੁਣ ਏਜੰਟ ਇੱਕ ਕੰਮ ਕਰਦੇ ਆ ਵੀ 15-16 ਹਜ਼ਾਰ ਦਾ ਪੈਕੇਜ ਬਣਾ ਦਿੰਦੇ ਆ, LMI ਵਾਲਿਆਂ ਨੂੰ ਗਾਲਾਂ ਬਾਅਦ 'ਚ ਕੱਢ ਲਓ, ਭਲੇ ਇੱਧਰ ਆ ਜਾਈਏ ਆਪਾਂ।
ਉਸ 15-16 ਹਜ਼ਾਰ ਡਾਲਰ ਦੇ ਪੈਕੇਜ ਕਿਉਂ ਆਉਂਦਾ? ਕਹਿੰਦਾ ਕਾਲਜ ਤੁਸੀਂ ਜਾਣਾ ਨੀਗਾ, ਤੂੰ ਜਿੱਥੇ ਆਪਦਾ ਕੰਮ ਕਰਨਾ ਕਰ ਤੇ ਮੈਂ ਤੇਰੀ PR ਕਰਾ ਦੂੰਗਾ, ਤੇ ਬਾਕੀ ਤੈਨੂੰ ਕਾਲਜ ਦੀ ਟਰਾਂਸਕ੍ਰਿਪਟ ਵੀ ਮੈਂ ਨਹੀਂ ਦਿਖਾਉਣੀ ਹੈਗੀ। ਹੁਣ ਕਿਸੇ ਕਾਲਜ ਵਿੱਚ ਉਹ ਏਜੰਟ ਐਡਮਿਸ਼ਨ ਨਹੀਂ ਕਰਾਉਂਦੇ ਹੈਗੇ, ਤੁਹਾਡੇ ਕੋਲ 16 ਹਜ਼ਾਰ ਡਾਲਰ ਦੀਆਂ ਕਿਸ਼ਤਾਂ ਬਣਾ ਕੇ ਪੈਸੇ ਲੈ ਲੈਂਦੇ ਨੇ, ਔਰ ਉਸ ਤੋਂ ਬਾਅਦ ਕਿਸੇ ਹੋਰ ਸਟੂਡੈਂਟ ਦੀ ਜਿਹੜੀ ਟਰਾਂਸਕ੍ਰਿਪਟਾਂ ਹੁੰਦੀਆਂ ਨੇ, ਬਹੁਤ ਸਾਰੇ ਆਨਲਾਈਨ ਟੂਲ ਅਵੇਲੇਬਲ ਨੇ, ਸੋਫਟਵੇਅਰ ਅਵੇਲੇਬਲ ਨੇ, ਉਹਨਾਂ ਨੂੰ ਐਡਿਟ ਕਰਦੇ ਨੇ, ਐਡਿਟ ਕਰਕੇ ਅਪਲੋਡ ਕਰ ਦਿੰਦੇ ਨੇ, ਤੇ ਅੱਗੋਂ ਵੀ ਜਿਹੜੇ ਸਾਡੇ ਇਮੀਗ੍ਰੇਸ਼ਨ ਸੋਫਟਵੇਅਰ ਹੈਗੇ ਨੇ ਉਹਨਾਂ ਨੂੰ ਵੀ ਉਹ ਬੇਵਕੂਫ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਆ। ਤੇ ਜਦੋਂ ਤੁਹਾਡਾ ਵਰਕ ਪਰਮਿਟ ਤੁਹਾਨੂੰ ਮਿਲ ਜਾਂਦਾ, ਅਗਲਾ ਕਹਿੰਦਾ ਲਿਆ ਵੀ ਲਿਆ ਪੈਸੇ, ਹੁਣ ਇੰਨੇ ਪੈਸੇ ਰੱਖ ਮੇਰੇ ਇੱਥੇ, ਆਪਾਂ ਖੁਸ਼ੀ ਖੁਸ਼ੀ ਪੈਸੇ ਦੇ ਉਹਨਾਂ ਜੀ। ਵੇਖੋ ਜੀ, ਏਜੰਟ ਦੀ ਅੰਦਰ ਗੱਲ ਹੀ ਬੜੀ ਹੈ ਵੀ ਉਹਨੇ ਤੇ ਸਾਨੂੰ ਕਾਲਜ ਜਾਣ ਦੀ ਵੀ ਲੋੜ ਨਹੀਂ ਦੱਸੀ ਤੇ ਆਪਣਾ ਤੇ ਵਰਕ ਪਰਮਿਟ ਲੱਗ ਕੇ ਆ ਗਿਆ। ਤੇ ਫਿਰ ਤੁਹਾਨੂੰ ਅਗਲਾ ਏਜੰਟ ਅਗਲੀ ਫਿਰ ਗੱਲ ਕਹਿੰਦਾ, ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਕੰਮ ਕਰ, ਮੈਂ ਤੇਰੀ PR ਵੀ ਮੈਂ ਕਰਾਊਂਗਾ ਤੇ ਇੰਨੇ ਪੈਸੇ ਲਊਂਗਾ। ਆਪਾਂ ਐਕਸਾਈਟਡ ਹੁੰਦੇ ਹਾਂ ਜੀ, ਆਪਾਂ ਤਾਂ ਕੰਮ ਕਰਨਾ, ਆਪਾਂ ਨੂੰ ਪੜ੍ਹਨ ਦੀ ਕੀ ਲੋੜ ਹੈਗੀ, ਟਰਾਂਸਕ੍ਰਿਪਟਾਂ ਮਿਲ ਗਈਆਂ, ਪੈਸੇ ਏਜੰਟ ਨੂੰ ਦੇ ਤੇ, ਕਾਲਜ ਆਪਾਂ ਗਏ ਨੀਗੇ, ਵਰਕ ਪਰਮਿਟ ਲੱਗ ਗਿਆ, ਐਕਸਪੀਰੀਅੰਸ ਲੈ ਕੇ ਇਸੇ ਬੰਦੇ ਨੇ ਸਾਡੀ PR ਕਰਾ ਦੇਣੀ ਹੈ, ਆਪਾਂ ਗੁਣ ਗਾਉਂਦੇ ਨਹੀਂ ਹਟਦੇ ਉਸ ਬੰਦੇ ਦਾ, ਪਰ ਐਕਚੁਅਲ ਦੇ ਵਿੱਚ ਉਹ ਬੰਦਾ ਤੁਹਾਡੀ ਲਾਈਫ ਦੇ ਨਾਲ ਖੇਡ ਰਿਹਾ, ਤੁਹਾਨੂੰ ਬਰਬਾਦ ਕਰ ਰਿਹਾ, ਉਹ ਆਪਦੇ ਪੈਸੇ ਬਣਾ ਰਿਹਾ, ਪਰ ਅਲਟੀਮੇਟਲੀ ਤੁਸੀਂ ਅੱਜ ਨਹੀਂ ਤੇ ਕੱਲ੍ਹ ਤੁਸੀਂ ਫਸ ਜਾਣਾ ਹੈ। ਤੇ ਜਦੋਂ ਤੁਸੀਂ ਫਸਣਾ ਤਾਂ ਉਦੋਂ ਏਜੰਟ ਦਾ ਕੁਛ ਨਹੀਂ ਜਾਣਾ, ਕਿਉਂਕਿ ਉਹਨੇ ਜਿਹੜੀ ਫਾਈਲ ਸਿਸਟਮ ਦੇ ਵਿੱਚੋਂ ਲਾਈ ਹੁੰਦੀ ਉਹ ਤੁਹਾਡੇ ਵੱਲੋਂ ਡਾਇਰੈਕਟਲੀ ਲਾਈ ਹੁੰਦੀ ਆ, ਉਹ ਤੁਹਾਨੂੰ ਖੁਦ ਰੈਪ੍ਰਜੈਂਟ ਕਰ ਨਹੀਂ ਰਿਹਾ ਹੁੰਦਾ, ਉਹ ਡਾਇਰੈਕਟਲੀ ਉਹ ਇਸ ਤਰੀਕੇ ਨਾਲ ਫਾਈਲ ਆਉਂਦਾ ਕਿ ਸਟੂਡੈਂਟ ਨੇ ਖੁਦ ਹੀ ਆਪਦੀ ਐਪਲੀਕੇਸ਼ਨ ਸਬਮਿਟ ਕੀਤੀ ਹੈ, ਤੁਸੀਂ ਕਰ ਲਓ ਕੰਪਲੇਂਟਾਂ ਜਿਹਨੂੰ ਕਰਨੀਆਂ ਬਾਅਦ 'ਚ ਜਾ ਕੇ, ਤੁਹਾਡੀ ਕੰਪਲੇਂਟ ਦਾ ਵੀ ਕੋਈ ਅਸਰ ਨਹੀਂ ਹੋਣਾ, ਕਿਉਂਕਿ ਰੈਕਡ ਦੇ ਵਿੱਚ ਹੈ ਹੀ ਨਹੀਂ ਵੀ ਉਹ ਫਾਈਲ ਤੁਸੀਂ ਲਾਈ ਹੋਈ ਹੈ, ਕਿ ਤੁਹਾਡੇ ਏਜੰਟ ਨੇ ਫਾਈਲ ਲਾਈ ਆ, ਉਹ ਤਾਂ ਸਿਸਟਮ ਤੋਂ ਸਾਰਾ ਕੁਝ ਉਹਨੇ ਇਸ ਤਰੀਕੇ ਨਾਲ ਬਣਾ ਦਿੱਤਾ ਵੀ ਫਾਈਲ ਲਾਉਣ ਵਾਲਾ ਸਟੂਡੈਂਟ ਹੈਗਾ ਆ। ਹੁਣ ਇਸ ਕਰਕੇ ਬਚਣਾ ਪਈ ਤੁਸੀਂ ਆ, ਤੁਹਾਡਾ ਫਿਊਚਰ ਆ, ਤੁਹਾਡੀ ਜ਼ਿੰਦਗੀ ਆ, ਮੈਂ ਸਿਰਫ ਤੁਹਾਨੂੰ ਅਲਰਟ ਕਰ ਸਕਦਾ ਵੀ ਬਚੋ ਇਹਨਾਂ ਲੋਕਾਂ ਤੋਂ ਜਿੰਨਾ ਬਚ ਹੁੰਦਾ, ਜੇ ਬਚਾਅ ਵਿੱਚ ਹੀ ਬਚਾਅ ਆ, ਨਹੀਂ ਤਾਂ ਫਸਣਾ ਬੁਰੇ ਕੰਮ ਵਾਲਿਆਂ ਨੇ ਇੱਕ ਨਾ ਇੱਕ ਦਿਨ ਜ਼ਰੂਰ ਆ ਕੈਨੇਡਾ ਦੇ ਵਿੱਚ।